ਅਕਾਲ ਸੌਕਰ ਕਲੱਬ ਵੱਲੋਂ ਪਿਛਲੇ ਹਫ਼ਤੇ ਸਰੀ ਦੇ ਨਿਊਟਨ ਐਥਲੈਟਿਕ ਪਾਰਕ ਵਿੱਚ ਸੌਕਰ ਦਾ ਇੱਕ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ 150 ਦੇ ਕਰੀਬ ਟੀਮਾਂ ਨੇ ਹਿੱਸਾ ਲਿਆ। ਅਕਾਲ ਸੌਕਰ ਕਲੱਬ ਪਿਛਲੇ 11 ਸਾਲ ਤੋਂ ਇਹ ਟੂਰਨਾਮੈਂਟ ਕਰਵਾਉਂਦਾ ਆ ਰਿਹਾ ਹੈ। ਇਹ ਭਾਅ ਜੀ ਅਕਾਲ ਦਾ 11ਵਾਂ ਟੂਰਨਾਮੈਂਟ ਆ ਅਤੇ ਇਹਦੇ ਵਿੱਚ 107 ਟੀਮਾਂ ਨੇ ਭਾਗ ਲਿਆ ਅਤੇ ਬਾਕੀ USSL ਦੀਆਂ ਟੀਮਾਂ ਜਿਹੜੀਆਂ ਹੈਗੀਆਂ ਕਰਕੇ ਸਾਰਾ ਔਲ ਰਲਾ ਕੇ ਕੋਈ 145 ਤੋਂ ਉੱਤੇ ਟੀਮਾਂ ਭਾਗ ਲੈ ਰਹੀਆਂ ਇਸ ਟੂਰਨਾਮੈਂਟ 'ਚ। ਬੱਚਿਆਂ ਦੇ ਵਿੱਚ ਬਹੁਤ ਆ ਜੀ, ਆਪਣੀ ਜਿਹੜੀ ਸਪੈਸ਼ਲੀ ਆਪਣੀ ਕਮਿਊਨਿਟੀ ਆ ਇਹ ਬਹੁਤ ਤਰੱਕੀ ਕਰ ਰਹੀ ਆ, ਸਪੈਸ਼ਲੀ ਸੌਕਰ ਦੇ ਵਿੱਚ। ਇਹ ਆ ਵੀ ਜਿਹੜੀ ਇਹਨਾਂ ਦੀ ਜਿਹੜੀ ਖੇਡਣ ਦੀਆਂ ਤਕਨੀਕਾਂ ਆ ਉਹ ਵਧੀ ਜਾਂਦੀਆਂ ਜੀ। ਬਹੁਤ ਸੋਹਣੇ ਕੋਚ ਆ, ਈਵਨ ਜਿਹੜੇ ਬਾਹਰੋਂ ਕੋਚ ਹਾਇਰ ਕੀਤੇ ਜਿਹੜੇ ਪ੍ਰੋਫੈਸ਼ਨਲ ਆ ਉਹਦੇ ਕਰਕੇ ਇਹ ਬੱਚੇ ਆਪਣੇ ਜਿਹੜੇ ਆ ਇਹਨਾਂ ਦੇ ਵਿੱਚ ਟੈਲੈਂਟ ਬਹੁਤ ਵਧੀਆ ਵਧਿਆ ਪਿਛਲੇ ਸਾਲ ਨਾਲ। ਛੋਟੀ ਵੱਡੀ ਹਰ ਉਮਰ ਦੇ ਖਿਡਾਰੀਆਂ ਨੇ ਇਸ ਟੂਰਨਾਮੈਂਟ ਵਿੱਚ ਆਪਣੀ ਹਾਜ਼ਰੀ ਲਵਾਈ। ਕੁਲਬੀਰ ਸਿੰਘ ਵੀ ਸੌਕਰ ਦਾ ਇੱਕ ਵੈਟਰਨ ਖਿਡਾਰੀ ਹੈ। ਉਹ 1963 ਤੋਂ ਸੌਕਰ ਖੇਡਦਾ ਆ ਰਿਹਾ ਹੈ। ਉਸਨੇ ਆਪਣੀ ਖੇਡ ਇੰਗਲੈਂਡ ਵਿੱਚ ਸ਼ੁਰੂ ਕੀਤੀ ਅਤੇ ਅੱਜ ਤੱਕ ਇਸ ਨਾਲ ਜੁੜਿਆ ਹੋਇਆ ਹੈ। ਅਸੀਂ ਪਹਿਲਾਂ ਇੱਥੇ ਟੀਮ ਸੁੱਖ ਸਾਗਰ ਬਣਾਈ ਸੀਗੀ, ਪਹਿਲਾਂ ਮੁੰਡਿਆਂ ਨੇ ਇੱਥੇ ਬਣਾਈ ਸੀਗੀ। ਪੰਮੀ ਗਿੱਲ ਸੀਗਾ ਮੁੰਡਾ ਪਹਿਲਾਂ ਮੇਨ ਬੰਦਾ ਸੁੱਖ ਸਾਗਰ ਦਾ, ਅਤੇ 75 ਵਿੱਚ ਅਸੀਂ ਫਿਰ ਸੁੱਖਾ ਟੀਮ ਬਣਾਈ ਸੀ। ਉਹਦੇ ਵਿੱਚ ਸਾਰੇ ਫਿਰ ਇੰਗਲੈਂਡ ਤੋਂ ਪਲੇਅਰ ਜ਼ਿਆਦਾ ਆਏ, ਇੱਥੋਂ ਦੇ ਪਲੇਅਰ ਸੀਗੇ ਜਿਹੜੇ ਪਹਿਲਾਂ ਦੇ ਮੁੰਡੇ ਸੀਗੇ, ਯੰਗ ਮੁੰਡੇ ਸੀ, ਧੀਰਾ ਧਾਲੀਵਾਲ, ਤਾਂ ਪੰਮੀ ਗਿੱਲ, ਇਹ ਜਿਹੜੇ ਪੁਰਾਣੇ ਪਲੇਅਰ ਸੀਗੇ ਸਾਰਿਆਂ ਨੇ ਟੀਮ। ਸਿੰਘ ਹੁੰਦਾ ਸੀ ਇੱਕ ਸਾਡਾ ਗੋਲੀ, ਤਾਂ ਇਹਨਾਂ ਨੇ ਪਹਿਲਾਂ ਯੰਗਸਟਰਾਂ ਦੀ ਟੀਮ ਬਣਾਈ ਸੀ, ਅਸੀਂ ਇਹਨਾਂ ਨਾਲ ਫਿਰ ਖੇਡਣ ਲੱਗੇ। ਉਹ ਤੋਂ ਬਾਅਦ ਅਸੀਂ ਮੋਸਟ ਟੂਰਨਾਮੈਂਟ ਜਿੱਤਦੇ ਰਹੇ ਹਾਂ, ਅਤੇ ਖਾਲਸਾ ਕਲੱਬ ਨਾਲ ਤਾਂ ਕਲੱਬ ਇੰਡੀਆ ਉਦੋਂ ਹੁੰਦੀਆਂ ਸੀਗੀਆਂ, ਉਹਨਾਂ ਨਾਲ ਜ਼ਿਆਦਾ ਮੈਚ ਫਾਈਨਲ 'ਚ ਹੁੰਦੇ ਸੀਗੇ। ਬਹੁਤ ਚੇਂਜ ਆ ਗਿਆ, ਹੁਣ ਇੰਪਰੂਵਮੈਂਟ ਹੋਇਆ, ਪਰ ਆਪਣੇ ਯੰਗ ਮੁੰਡੇ ਆ ਉਹ 22-23 ਸਾਲ ਤਾਈਂ ਖੇਡਦੇ, ਮਗਰ ਨਹੀਂ ਖੇਡਣੋਂ ਹਟ ਜਾਂਦੇ, ਜਿੱਦਾਂ ਹੁਣ ਜਿਹੜੇ ਪੁਰਾਣੇ ਪਲੇਅਰ ਉਹ ਹਾਲੇ ਵੀ ਖੇਲੀ ਜਾਂਦੇ ਆ। ਹੁਣ ਸੌਕਰ ਵਿੱਚ MLS ਲੀਗ ਚੱਲ ਰਹੀ ਹੈ, ਜਿਸ ਵਿੱਚ ਵਾਈਟ ਕੈਪਸ ਦੀ ਟੀਮ ਹਿੱਸਾ ਲੈ ਰਹੀ ਹੈ। ਜੇਕਰ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ 'ਤੇ ਕਿਸੇ ਟੂਰਨਾਮੈਂਟ ਵਿੱਚ ਕੈਨੇਡਾ ਦੀਆਂ ਟੀਮਾਂ ਆਪਣੀ ਜਗ੍ਹਾ ਬਣਾਉਣ ਤਾਂ ਬੱਚਿਆਂ ਦੇ ਉਤਸ਼ਾਹ ਵਿੱਚ ਵਾਧਾ ਹੋ ਸਕਦਾ ਹੈ। ਜੀ, ਫਰਕ ਪਊਗਾ ਕਰਕੇ ਜਿਹੜੇ ਆਪਣੇ ਪਲੇਅਰ ਆ ਉਹਨਾਂ ਨੂੰ ਚਾਂਸ ਮਿਲ ਸਕਦਾ ਖੇਡਣ ਦਾ, ਜੇ ਉਹ ਜ਼ਿਆਦਾ ਟ੍ਰੇਨਿੰਗ ਕਰਨ ਅਤੇ ਜ਼ਿਆਦਾ ਕੋਸ਼ਿਸ਼ ਕਰਨ, ਕਿਉਂ ਆਪਣੇ ਪਲੇਅਰ ਜਿਹੜੇ ਆ ਜੋ 20-22 ਸਾਲ ਦੇ ਹਟ ਜਾਂਦੇ ਆ, ਦੇ ਆਪਣੀਆਂ ਟੀਮਾਂ ਵਿੱਚ ਖੇਲਦੇ ਆ। ਯੂ ਹੈਵ ਟੂ ਪਲੇ ਵਿਦ ਦ ਗੋਰੇ ਟੀਮਸ ਟੂ ਲਰਨ ਦੈਟ ਹਾਇਰ ਲੈਵਲ, ਕਿਉਂ ਆਪਾਂ ਆਪਣੇ ਟੂਰਨਾਮੈਂਟ 'ਚ ਖੇਲਦੇ ਜ਼ਿਆਦਾ, ਜਿਹੜੇ ਯੰਗ ਪਲੇਅਰ ਗੋਡ ਆ ਦੇ ਸ਼ੁੱਡ ਗੋ ਐਂਡ ਪਲੇ ਵਿਦ ਅਦਰ ਟੀਮਸ ਹੂ ਬੈਟਰ, ਦੇ ਲਰਨ ਦ ਬੈਟਰ ਸੌਕਰ, ਸੋ ਦੈਟ ਵੁੱਡ ਮੇਕ ਦ ਡਿਫਰੈਂਸ। ਬੱਚਿਆਂ ਨੂੰ ਅਜਿਹੇ ਟੂਰਨਾਮੈਂਟਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਆਪਣੇ ਕੋਚਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ। ਇਸ ਨਾਲ ਗੇਮ ਨੂੰ ਪ੍ਰੋਫੈਸ਼ਨਲ ਲੈਵਲ 'ਤੇ ਲਿਜਾਇਆ ਜਾ ਸਕਦਾ ਹੈ। ਵੈਰੀ ਵੈਰੀ ਹਾਈ ਇੰਪੋਰਟੈਂਸ ਕਰਕੇ ਜਦੋਂ ਤੁਸੀਂ ਕੋਈ ਟੀਮ 'ਚ ਖੇਡਦੇ ਆ, ਸੌਕਰ 'ਚ ਉਹ ਟ੍ਰੇਨਿੰਗ ਕਰਨੀ ਪੈਂਦੀ ਆ, ਟ੍ਰੇਨਿੰਗ ਤੁਸੀਂ ਇਕੱਠੇ ਕਰਦੇ ਆ, ਤੁਹਾਡੀ ਯੂਨਿਟੀ ਵੱਧਦੀ ਆ, ਫਰੈਂਡਸ਼ਿਪ ਵੱਧਦੀ ਆ। ਮੇਰਾ ਸਨ, ਇਹਦੇ ਬੈਸਟ ਫਰੈਂਡਸ ਆਲਸੋ ਪਲੇ ਇਨ ਦ ਸੇਮ ਟੀਮ, ਇਹ ਫਰੈਂਡ ਤਾਂ ਬਣਿਆ ਕਰਕੇ ਆ ਇਕੱਠੇ ਆਏ, ਪਹਿਲਾਂ ਜਾਣਦੇ ਨਹੀਂ ਸੀਗੇ। ਹਾਂਜੀ, ਸੋ ਇਸ ਟਾਈਮ 'ਤੇ ਕਮਿਊਨਿਟੀ ਸਪਿਰਿਟ ਬਣ ਜਾਂਦੀ ਆ, ਐਂਡ ਹੋਪਫੁਲੀ ਇਹਨਾਂ ਦੀ ਮੈਂਟੈਲਿਟੀ ਵੀ ਹੋਵੇ ਸਪੋਰਟਸ ਵੱਲ ਹੋ ਜਾਂਦੀ ਆ, ਨੋਟ ਟੂ ਦੀ ਐਨੀ ਅਦਰ ਥਿੰਗਸ। ਤੁਹਾਨੂੰ ਪਤਾ ਇਨਫਲੂਐਂਸਿਸ ਹੋਰ ਵੀ ਬਾਹਰ ਹੈਗੇ ਆ ਜੀ। ਆ ਜਿਹੜੇ ਟੂਰਨਾਮੈਂਟਸ ਵੈਰੀ ਇੰਪੋਰਟੈਂਟ ਆ, ਪੋਸੀਬਲੀ ਟੂ ਮੈਨੀ ਆ, ਹਰੇਕ ਹਫ਼ਤਾ ਟੂਰਨਾਮੈਂਟ ਹੁੰਦਾ, ਬਟ ਫਿਰ ਵੀ ਆਈ ਥਿੰਕ ਜਿਹੜੀ ਕਮਿਊਨਿਟੀ ਸਪਿਰਿਟ ਆ ਉਹ ਵੱਧਦੀ ਆ। ਬੱਚੇ ਜੇ ਤੁਸੀਂ ਸਟਾਰਟਿੰਗ ਥੱਲੇ ਹੋ, ਜਿਸ ਤਰ੍ਹਾਂ ਇੱਥੇ ਬੱਚੇ ਚੱਲਦੇ ਆ ਆਪਣੇ 6ਵੀਂ 7ਵੀਂ ਤੋਂ ਲੈ ਕੇ ਸ਼ੁਰੂ ਹੋ ਜਾਂਦੇ ਆ, ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ TV ਤੋਂ ਪਰੇ ਹੋ ਕੇ ਜੇ ਕੋਚ ਦਾ ਕਹਿਣਾ ਅਤੇ ਮਾਂ ਪਿਓ ਦਾ ਕਹਿਣਾ ਮੰਨਣਗੇ ਅਤੇ ਲਿਸਨ ਕਰਨਗੇ ਤਾਂ ਪਲੇਅਰ ਵਧੀਆ ਬਣਨਗੇ। ਨਹੀਂ ਤਾਂ ਮੈਂ ਦੇਖਿਆ ਇੱਥੇ ਜਿਹੜੇ 17-18 ਸਾਲ ਦੇ ਬੱਚੇ ਆ, ਨਾ ਕੋਚ ਦਾ ਲਿਸਨ ਕਰਦੇ ਆ ਅਤੇ ਨਾ ਪੇਰੈਂਟਸ ਦਾ ਕਰਦੇ ਆ, ਉਹ ਆਪਣੀ ਮਰਜ਼ੀ ਕਰਦੇ ਆ। ਜੇ ਲਿਸਨ ਕਰਨਗੇ ਤਾਂ ਥੋੜ੍ਹਾ ਜਿਹਾ ਹੋਰ ਇੰਪਰੂਵ ਸੌਕਰ ਕਰਨਗੇ, ਵਧੀਆ ਪਲੇਅਰ ਬਣਨਗੇ। ਅਕਾਲ ਸੌਕਰ ਕਲੱਬ ਵੱਲੋਂ ਬੱਚਿਆਂ ਨੂੰ ਸੌਕਰ ਦੀ ਵਧੀਆ ਟ੍ਰੇਨਿੰਗ ਦਿੱਤੀ ਜਾਂਦੀ ਹੈ। ਸੌਕਰ ਬਾਰੇ ਹੋਰ ਇਨਫੋਰਮੇਸ਼ਨ ਤੁਸੀਂ punjabisports.com ਤੇ ਜਾ ਕੇ ਲੈ ਸਕਦੇ ਹੋ। ਇਹ ਸਾਡੇ ਟ੍ਰੇਨਿੰਗ ਹੁੰਦੀ ਆ ਜੀ, ਜਿਹੜੀ ਸਾਡੇ ਆਪਣੇ ਕਲੱਬ ਦੀ ਆ ਉਹ ਟ੍ਰੇਨਿੰਗ ਹੁੰਦੀ ਆ, ਜਿਹੜਾ ਗੁਰਦੁਆਰਾ ਵਾਲੀ ਗਰਾਊਂਡ ਆ ਜੀ, ਫੀਲਡ ਆ ਜੀ, ਗੁਰੂ ਘਰ ਜਿਹੜਾ ਸਰੀ ਗੁਰੂ ਘਰ ਆ ਉਹਦੀ ਪਿਛਲੇ ਪਾਸੇ ਫੀਲਡ ਆ, ਉਹਨੂੰ ਕਬੱਡੀ ਫੀਲਡ ਕਹਿੰਦੇ ਆ, ਉੱਥੇ ਮੋਸਟਲੀ ਟ੍ਰੇਨਿੰਗ ਹੁੰਦੀ ਸਾਡੀ। ਉਹ ਕੋਂਟੈਕਟ ਮੈਨੂੰ ਕਰ ਸਕਦੇ ਜੀ, ਫੋਨ ਨੰਬਰ ਹੈਗਾ 604-803-0705, ਜਾਂ ਫਿਰ ਸਾਡੀ ਵੈਬਸਾਈਟ 'ਤੇ ਜਾ ਸਕਦੇ ਆ, akal.fc.ca 'ਤੇ। ਕੋਲ ਡਿਟੇਲ ਲਓ ਪੰਜਾਬੀ ਸਪੋਰਟਸ ਸਰੀ।